गुड मॉर्निंग स्टूडेंट्स वेरी वॉम वेलकम टू दिस एजेसड लैब एंड आई होप यू हैव इन्जॉयड यूर मील्स देखो किस तरह टाइम सिस्टम टाइम जोन चल रहे हैं कि ईवन यू हैड योर रसेस ओनली तो अजय भी जी गुड मॉर्निंग ही चल रही है ओके सो लैट्स एन्जॉय द डे टूडे वी आर गोइंग टू डील विद वन ऑफ द फोर स्किल्स क्योंकि अगर काफ़ी सारे लैक्चर क्लीयर हो चुका है कि वी हैव फोर स्किल्स ऑफ लैंग्वेज लिसनिंग ਰੀਡਿੰਗ ਰਾਈਟਿੰਗ ਐਂਡ ਸਪੀਕਿੰਗ ਤੇ ਜਿਹੜੀਆਂ ਸਭ ਤੋਂ ਦੋ ਜ਼ਰੂਰੀ ਚੀਜ਼ਾਂ ਨੇ ਜਿਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਦੋਜ਼ ਆਰ ਲਿਸਨਿੰਗ ਐਂਡ ਰੀਡਿੰਗ ਔਰ ਜੋ ਸਾਡੇ ਕੋਲ ਰਿਜ਼ਲਟ ਮੰਗਦੇ ਆ ਅਸੀਂ ਜਿਹਨੂੰ ਕਹਿੰਦੇ ਆ ਵੀ ਹਾਂ ਇੰਗਲਿਸ਼ ਆਂਦੀ ਹੈ ਜਿੱਥੋਂ ਪਤਾ ਲੱਗਦਾ ਥੈਟ ਇਜ਼ ਰਾਈਟਿੰਗ ਐਂਡ ਸਪੀਕਿੰਗ ਸੋ ਫੋਰਮੋਸਟ ਥਿੰਗਸ ਆਰ ਰੀਡਿੰਗ ਐਂਡ ਲਿਸਨਿੰਗ ਦ ਮੋਰ ਯੂ ਲਿਸਨ ਦ ਮੋਰ ਯੂ ਵਿਲ ਰੀਡ ਐਟ ਲੀਸਟ ਯੂ ਹੈਵ ਵੋਕੈਬੂਲਰੀ ਟੂ ਯੂਜ਼ ਰਾਈਟ ਸੋ ਉਹ ਵੋਕੈਬਲਰੀ ਕਦੋਂ ਸਾਡੇ ਕੋਲ ਆਏਗੀ ਨੋਰਮਲ ਯੂਸੇਜ ਲਈ ਜਦੋਂ ਅਸੀਂ ਪੜਾਂਗੇ ਰੀਡ ਕਰਾਂਗੇ ਇਵਨ ਯੋਰ ਕੋਰਸ ਬੁక్స్ ਦੇ ਹੈ ਇਮੈਂਸ ਵੋਕੈਬਲਰੀ ਵੋਕੈਬਲਰੀ ਅਸਲ ਠ ਹੈ ਕੀ ਹੈ ਅ ਵੋਕੈਬਲਰੀ ਦਾ ਮਤਲਬ ਨਹੀਂ ਕਿ ਬੜੇ ਹੈਵੀ ਵਰਡਸ ਯੂਜ਼ ਕਰਨੇ ਆਸੀਂ ਅ ਮਤਲਬ ਜਿਵੇਂ SAD ਹੈ ਤੇ PASSIVE ਯੂਜ਼ ਕਰਨਾ ਹੀ ਕਰਨਾ ਵੋਕੈਬਲਰੀ ਮੀਨਸ ਕਿ ਤੁਸੀਂ ਕਿਸੇ ਵੀ ਵਰਡ ਨੂੰ ਸਹੀ ਤਰ੍ਹਾਂ ਨਾਲ ਯੂਜ਼ ਕਰਨਾ ਔਰ ਉਹ ਸਹੀ ਤਰ੍ਹਾਂ ਦੀ ਯੂਸੇਜ ਦੇ ਨਾਲ ਹੀ ਤੁਹਾਡੀ ਰੀਡਿੰਗ ਜਿਹੜੀ ਆ ਉਹ ਈਜ਼ੀ ਹੋਏਗੀ ਈਵਨ ਆਫਟਰ ਪਲੱਸ 2 ਜੇ ਤੁਸੀਂ ਇੰਟਰਨੈਸ਼ਨਲ ਸਟੈਂਡਰਡਸ ਦੇ ਟੈਸਟ ਵੀ ਦਿੰਦੇ ਹੋ ਉਹਦੇ ਚ ਵੀ ਫੋਰ ਹੀ ਸਕਿਲਸ ਜੜੀਆਂ ਅਸੈਸ ਹੁੰਦੀਆਂ ਰੀਡਿੰਗ ਲਿਸਨਿੰਗ ਸਪੀਕਿੰਗ ਐਂਡ ਰਾਈਟਿੰਗ ਸੋ ਅੱਜ ਅਸੀਂ ਟੋਟਲੀ ਆਪਣਾ ਲੈਕਚਰ ਜਿਹੜਾ ਰੀਡਿੰਗ ਤੇ ਫੋਕਸ ਕਰ ਰਹੇ ਹਾਂ ਕਿ ਹਾਊ ਟੂ ਇੰਪਰੂਵ ਆਵਰ ਰੀਡਿੰਗ नो डाउट आज दे लेक्चरस फन एलिमेंट ਘਟ ਹੋਏਗਾ ਬਟ ਸਮਝਣ ਵਾਲਾ ਬਹੁਤ ਕੁਝ ਹੈ ਸੋ ਪੁੱਲ ਅਪ ਯੋਰ ਸਲੀਵਸ ਆਪਣੇ ਦਿਮਾਗ ਦੇ ਟੱਕਨ ਖੋਲ ਲਓ ਸਾਰੇ टेक योर नोटबुक्स अलॉग विद यू क्योंकि बहुत सारा कुछ आज नोट करने वाला है सो इफ यूल डू सो आई कैन बेटर व दिस थिंग दैट यू विल इम्प्रूव योर रीडिंग बाई योर सेल्फ सो रीडिंग अच्छी हो जाएगी कॉम्प्रीहेंशनस भी करते हैं इन द सेम वे रीडिंग इज देयर ओके सो लेट्स गो फर्स्ट ऑफ ऑल कुछ एक रीडिंग टैक्नीकस ने जिन्ह के बारे अगे फस्ट टैक्निक इज कॉल्ड स्किमिंग वर्ड बड़ा अच्छा स्किमिम skim, ਅਕਸਰ ਮਿਲਕ ਦੇ ਨਾਲ ਯੂਜ਼ ਹੁੰਦਾ ਸਕਿਮਡ ਮਿਲਕ ਸਕਿਮ ਦਾ ਮੀਨਸ ਕਿ ਤੁਸੀਂ ਇੱਕ ਜਨਰਲ ਨਜ਼ਰ ਮਾਰਨੀ ਹੈ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਵੀ ਆ ਉਹਦਾ ਆਈਡੀਆ ਲਗਾਣਾ ਸੋ ਸਕਿਮ ਦਾ ਪੈਸੇਜ ਮੀਨਸ ਰੀਡ ਇਟ ਕੁਇਕਲੀ ਟੂ ਗੈਟ ਜਨਰਲ ਕੰਟੈਂਟ ਸਿਰਫ ਦੇਖ ਕੇ ਦੇਖਣਾ ਵੀ ਉਹ ਪੈਸੇਜ ਕਿਸ ਚੀਜ਼ ਬਾਰੇ ਹੈ ਰਾਈਟ ਕੁਝ ਉਹਦੇ ਵਿੱਚ ਯਾਦ ਨਹੀਂ ਕਰਨਾ ਕੁਝ ਸਮਝਣਾ ਨਹੀਂ ਬਸ ਤੁਸੀਂ ਆਈਡੀਆ ਲੈਣਾ ਕਾਦ ਲਈ ਸੋ ਕੋਈ ਪੈਸੇਜ ਤੁਸੀਂ ਪੜਿਆ ਔਰ ਉਹ ਸਪੋਸ ওভার ਪੋਪੂਲੇਸ਼ਨ ਬਾਰੇ ਹੈ ਜਾਂ ਔਮਨ ਏਮਪਾਵਰਮੈਂਟ ਬਾਰੇ ਹੈ ਸੋ ਸਿਰਫ ਆਈਡੀਆ ਲੱਗਣਾ ਚਾਹੀਦਾ ਵੀ ਕਿਸ ਚੀਜ਼ ਬਾਰੇ ਹੈ ਓਕੇ ਸੈਕਿੰਡ ਇਸ ਆਈਡੈਂਟੀਫਾਈ ਦਾ ਟਾਈਪ ਆਫ ਕੁਐਸਚਨ ਇਟਸ ਵੈਰੀ ਇੰਪੋਰਟੈਂਟ ਜਨਰਲੀ ਦਾ ਕੁਐਸਚਨਸ ਆਰ WH ਕੁਐਸਚਨਸ ਵਟ ਵੈਨ ਵੇਅਰ ਵਿਚ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਟ ਮੀਨਸ ਕੀ ਸੋ ਆਨਸਰ ਦੇ ਵਿੱਚ ਹਮੇਸ਼ਾ ਕੀ ਆਏਗਾ ਕੀ ਹੈ ਓਕੇ ਵੇਅਰ ਵੇਅਰ ਮੀਨਸ ਕਿਥੇ ਕਿਹੜੀ ਜਗ੍ਹਾ ਤੇ ਹੈ how how means ਕਿਵੇਂ ਹੈ ਬਟ ਜਨਰਲੀ how ਦੇ ਕੁਐਸਚਨਸ ਆਂਦੇ ਨਹੀਂ ਨੇ ਕਿਉਂਕਿ how ਲੀਡਸ ਟੂ ਅ ਪ੍ਰੋਸੈਸ ਤੁਹਾਨੂੰ ਲਿਖਣਾ ਪਏਗਾ ਸਾਰਾ ਓਕੇ where when when means ਕਦੋਂ ਸੋ ਇਸ ਤਰ੍ਹਾਂ ਦੇ ਕੁਐਸਚਨਸ ਤੁਹਾਨੂੰ ਪਹਿਲੇ ਆਇਡੈਂਟੀਫਾਈ ਕਰਨੇ ਪੈਣਗੇ ਕਿਉਂਕਿ ਦ ਮੂਮੈਂਟ ਯੂ ਵਿਲ ਆਇਡੈਂਟੀਫਾਈ ਦ ਕੁਐਸਚਨਸ ਇਟ ਊਡ ਬੀ ਈਜ਼ੀ ਟੂ ਗਿਵ ਦ ਆਨਸਰਸ ਸੋ ਸਭ ਤੋਂ ਪਹਿਲੇ wh ਵਰਡਸ ਜਿਹੜੀ ਵਰਡ ਫੈਮਿਲੀ ਆ ਉਹ ਸਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਨੋਟ ਕਰ ਲਓ what when where which how who ओके okay, हुम ए सारीया चीज दा ਤੁਹਾਨੂੰ ਪਤਾ ਹੋਣਾ ਚਾਹੀਦਾ ਟੀਚਰਸ ਡੈਫੀਨਿਟਲੀ ਕੈਨ ਹੈਲਪ ਯੂ ਐਂਡ ਵਿਲ ਹੈਲਪ ਯੂ ਇਨ 댓 ਦੈਨ ਕੋਰਿਲੇਟ ਯਰ ਟੈਕਨੀਕਸ ਫਾਰ 댓 ਕੁਐਸਚਨ ਟਾਈਪ ਸੋ ਜੜੀ ਵੀ ਕੁਐਸਚਨ ਟਾਈਪ ਤੁਸੀਂ ਕੀਤੀ ਹੈ ਕੋਈ opinion ਹੈ ਕੋਈ purpose ਹੈ ਕਿਸੇ ਤਰੀਕੇ ਦੀ ਵੀ ਉਹਨੂੰ ਤੁਸੀਂ ਆਪਣੀਆਂ ਟੈਕਨੀਕਸ ਦੇ ਸਿਸਟਮ ਵਿੱਚ ਤੁਸੀਂ ਆਨਸਰ ਫਾਈਂਡ ਕਰਨਾ ਉਹਨੂੰ ਰਿਲੀਟ ਕਰਨਾ ਹੁਣ ਪਹਿਲੀ ਗੱਲ ਇਹ ਆਨਸਰ ਫਾਈਂਡ ਆਊਟ ਕਿਵੇਂ ਕਰਨਾ ਫਾਈਂਡ ਅ ਕੀਵਰਡ ਦੇਖੋ ਰੈਡ ਵਰਡਸ ਦੇ ਵਿੱਚ ਲਿਖਿਆ ਹੋਇਆ ਫਾਈਂਡ ਅ ਕੀਵਰਡ ਔਰ ਇਨਫੋਰਮੇਸ਼ਨ ਇਨ ਦਾ ਕੁਐਸਚਨ ਟੂ ਹੈਲਪ ਯੂ ਲੋਕੇਟ ਦਾ ਆਨਸਰਸ ਇਨ ਦਾ ਪੈਸੇਜ ਸੋ ਕੀਵਰਡ ਕੀ ਹੈ ਕਿ ਇੱਕ ਮੇਨ ਵਰਡ ਹੈ ਜਿੰਨੇ ਤੁਹਾਨੂੰ ਆਨਸਰ ਦੱਸਣਾ ਹੈ ਉਹ ਕਿੱਥੇ ਹੈ ਆਨਸਰ ਆਈਦਰ ਇਟਸ ਇਨ ਦਾ ਪੈਸੇਜ ਔਰ ਕਿਸੇ ਲਾਈਨ ਦੇ ਵਿੱਚ ਹੈ ਉਹ ਤੁਹਾਨੂੰ ਕੀਵਰਡ ਦੱਸੇਗਾ ਲਾਈਕ ਲੈਟਸ ਸੁਪੋਜ਼ ਕਿਸੇ ਕੁਐਸਚਨ ਦੇ ਵਿੱਚ ਹੈ ਦਾ ਪਲੇਸ ਇਨ ਮੈਨਹੈਟਨ ਇਜ਼ ਸੋ ਮੈਨਹੈਟਨ ਕੀ ਹੋ ਗਿਆ ਤੁਹਾਡਾ ਇਟਸ ਅ ਵਰਡ ਕੀਵਰਡ ਸੋ ਜਿੱਥੇ ਪੈਸੇਜ ਵਿੱਚ ਮੈਨਹੈਟਨ ਵਰਡ ਆ ਜਾਏਗਾ ਉਹ ਤੁਹਾਨੂੰ ਦੱਸ ਦੇਗਾ ਕਿ ਆਨਸਰ ਇੱਥੇ ਕਿਤੇ ਹੈ ਕਲੀਅਰ ਸੋ ਇਹ ਤੁਹਾਨੂੰ ਜਗ੍ਹਾ ਲੱਭਣ 'ਚ ਹੈਲਪ ਕਰ ਦੇ ਹਮ scan the passage by passing your eyes over the passage to find the keyword or information from the question ਸੋ ਸੈਕੰਡ ਮੇਨ ਚੀਜ਼ ਹੈ ਪਹਿਲੀ ਸਕਿਮ ਸੀ ਦੂਸਰੀ ਹੈ scan scanner ਦੇਖਿਆ ਨਾ ਕਦੀ ਸਕੈਨਰਸ ਕੀ ਕਰਦੇ ਆਸੀਂ ਜੋ ਵੀ ਅਸੀਂ ਪਾਣੇ ਆ ਜੋ ਡਾਕੂਮੈਂਟਸ ਬਿਲਕੁਲ ਹੂ ਬੂ ਉਸ ਤਰ੍ਹਾਂ ਹੋ ਕੇ ਆ ਜਾਂਦੇ ਸੋ ਇਟ ਮੀਨਸ ਉਹਨੇ ਹਰ ਚੀਜ਼ ਸਕੈਨ ਕਰ ਲਈ ਅਸੀਂ ਸਕੈਨ ਕਿਸਾ ਕਰਨਾ ਅਸੀਂ ਆਪਣੇ ਅੱਖਾਂ ਨਾਲ ਸਕੈਨ ਕਰਨਾ ਹੈ ਕਿ ਅਸੀਂ ਦੇਖਣਾ ਕਿਹੜੇ ਕਿਹੜੇ ਵਰਡਸ ਕੀਵਰਡਸ ਹੈਗੇ ਨੇ ਤੇ ਕਿੱਥੇ ਕਿੱਥੇ ਹੈਗੇ ਨੇ ਥਿਸ ਇਜ਼ ਸਕੈਨਿੰਗ ਸੋ ਜਦੋਂ ਅਸੀਂ ਉਹ ਕੀਵਰਡ ਲੱਭ ਲਿਆ ਇਟ ਮੀਨਸ ਸਾਡਾ ਅੱਧਾ ਕੰਮ ਹੋ ਗਿਆ ਕਿ ਸਾਨੂੰ ਹੁਣ ਪਤਾ ਲੱਗ ਗਿਆ ਕੀ ਹੈ ਨੈਕਸਟ ਵੈਨ ਯੂ ਫਾਈਂਡ ਦਾ ਲੋਕੇਸ਼ਨ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਉਹ ਕੀਵਰਡ ਹੈ ਕਿੱਥੇ ਆ ਦੈਨ ਰੀਡ ਦ ਸੈਂਟੈਂਸਸ ਬਿਫੋਰ ਐਂਡ ਆਫਟਰ ਇਟਸ ਵੈਰੀ ਇੰਪੋਰਟੈਂਟ ਆਮ ਸੇਇੰਗ ਥਿਸ ਥਿੰਗ ਰੀਡ ਦ ਸੈਂਟੈਂਸਸ ਬਿਫੋਰ ਐਂਡ ਆਫਟਰ ਦੇਖੋ ਬਿਫੋਰ ਐਂਡ ਆਫਟਰ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ ਜੜੀ ਵੀ ਤੁਹਾਨੂੰ ਲੋਕੇਸ਼ਨ ਮਿਲ ਗਈ ਹੋ ਦੀ ਉਹਦੇ ਤੋਂ ਪਹਿਲੇ ਕਿਹੜਾ ਸੈਂਟੈਂਸ ਹੈ ਔਰ ਉਸ ਤੋਂ ਬਾਅਦ ਕਿਹੜਾ ਸੈਂਟੈਂਸ ਹੈ ਇਹਨਾਂ ਦੋਵਾਂ ਨੂੰ ਪੜ੍ਹ ਕੇ ਹੀ ਤੁਸੀਂ ਸਹੀ ਆਨਸਰ ਦਾ ਆਈਡੀਆ ਲਗਾ ਸਕਦੇ ਹੋ ਤਾਂ ਆਰਟੀਕਲਸ ਏ ਐਂਡ ਦ ਬਿਫੋਰ ਅ ਬਲੈਂਕ ਦੇਖੋ ਫਿਲ ਅਪਸ ਭਰਦੇ ਹਾਂ ਅਸੀਂ ਫਿਲ ਇਨ ਦਾ ਬਲੈਂਕਸ ਸੋ ਫਿਲ ਇਨ ਦਾ ਬਲੈਂਕਸ ਤੋਂ ਪਹਿਲੇ ਜਨਰਲੀ ਜੇ ਉਹ ਚ ਕੋਈ ਨਾਉਨ ਭਰਨਾ ਹੈ ਉਹਦੇ ਚ ਏ ਜਾਂ ਐਨ ਜਾਂ ਦ ਲੱਗਾ ਹੁੰਦਾ ਦੈਟ ਗਿਵਸ ਯੂ ਮੱਚ ਇਨਫੋਰਮੇਸ਼ਨ ਦੈਟ ਵਿਚ ਵਰਡ ਯੂ ਆਰ ਗੋਇੰਗ ਟੂ ਫਿਲ ਇਨ ਦੈਟ ਸੋ ਉਹ ਤੁਹਾਡੀ ਬਹੁਤ ਹੈਲਪ ਕਰੇਗਾ ਜੇ ਅ ਹੈ ਤੇ ਡੈਫੀਨਿਟਲੀ ਨਾਉਨ ਹੀ ਹੋਏਗਾ ਔਰ ਕਾਉਂਟੇਬਲ ਹੋਏਗਾ ਐਨ ਹੈ ਇਟ ਸ਼ੁੱਡ ਸਾਊਂਡ ਲਾਈਕ ਅ ਵੋਵਲ ਓਕੇ ਦ ਹੈ ਤੇ ਡਿਟਰਮੀਨਰ ਹੈ ਡਿਟਰਮਿਨ ਕਰੇਗਾ and preposition after the blank prepositions two, on, in a to on into in over is sariya prepositions jadiyan ke us blank to baad ne ajje sirf hints ne is tarah de question bhi agge frame hoye hoye hai taaki tano help mil sake ki kis tarah are really helpful in getting the answer when you find the answer move to next question so jo hi answer mil jenda agle question te chal jana sab to zaruri gal bache dont spend much time to find an answer ਜ਼ਿੱਦ ਨਹੀਂ ਫੜ ਕੇ ਬੈਠ ਜਾਣਾ ਕਿ ਜੇ ਮੈਨੂੰ ਇਹ ਕੁਐਸਚਨ ਦਾ ਆਨਸਰ ਨਹੀਂ ਮਿਲ ਰਿਹਾ ਤੇ ਮੈਂ ਅੱਗੇ ਨਹੀਂ ਚੱਲਣਾ ਲੀਵ ਇਟ ਹਰ ਕੁਐਸਚਨ ਇੱਕ ਇੱਕ ਮਾਰਕਸ ਦਾ ਹੈ ਐਂਡ ਇਟਸ ਇਕੁਅਲੀ ਇੰਪੋਰਟੈਂਟ ਸੋ ਇਹ ਸਟਾਈਲਸ ਸੈਟਿੰਗ ਸਟਾਈਲ ਵੀ ਇਹੀ ਹੁੰਦਾ ਕਿ 25 ਤੋਂ 30% ਆਫ ਦਾ ਕੁਐਸਚਨ ਪੇਪਰ ਸ਼ੁੱਡ ਬੀ ਡਿਫਿਕਲਟ ਵਨ ਸੋ ਜੋ ਨਹੀਂ ਮਿਲ ਰਿਹਾ ਕੋਈ ਗੱਲ ਨਹੀਂ ਉੱਥੇ ਅਸੀਂ ਅੜੀ ਨਹੀਂ ਕਰਕੇ ਬੈਠਣਾ ਉਹ ਤੋਂ ਅੱਗੇ ਚੱਲ ਪਣਾ ਡੋਨਟ ਟੇਕ ਇਟ ਅ ਪ੍ਰੈਸਟੀਜ ਇਸ਼ੂ ਕਿ ਮੈਨੂੰ ਇਹ ਨਹੀਂ ਮਿਲ ਰਿਹਾ ਰਿਮੈਂਬਰ ਈਚ ਆਨਸਰ ਇਜ਼ ਆਫ ਵਨ ਮਾਰਕ ਓਨਲੀ ਹਰ ਜਿਹੜਾ ਆਨਸਰ ਹੈ ਉਹ 1 ਨੰਬਰ ਦਾ ਹੈ ਸੋ ਦੇ ਹੈਵ 올 ਇਕੁਅਲ ਬੀਟੇਜ ਰਾਈਟ ਸੋ ਸਭ ਤੋਂ ਜ਼ਰੂਰੀ ਚੀਜ਼ ਸਭ ਤੋਂ ਲਾਸਟ ਤੇ ਲਿਖੀ ਹੋਈ ਆ ਰੀਡ ਦਾ ਇਨਸਟਰਕਸ਼ਨਸ ਕੇਅਰਫੁਲੀ ਬਿਫੋਰ ਸਟਾਰਟ ਸਟਾਰਟ ਕਰਨ ਤੋਂ ਪਹਿਲੇ ਪਹਿਲੇ ਇਨਸਟਰਕਸ਼ਨਸ ਤੁਸੀਂ ਬਹੁਤ ਕੇਅਰਫੁਲੀ ਦੇਖਣੀਆਂ ਕਿਉਂਕਿ ਇਨਸਟਰਕਸ਼ਨਸ ਦੇ ਵਿੱਚ ਕੀ ਲਿਖਿਆ ਹੁੰਦਾ ਆ ਆਨਸਰ ਇਨ 1 ਵਰਡ ਆਨਸਰ ਇਨ 2 ਵਰਡਸ ਆਨਸਰ ਇਨ 3 ਵਰਡਸ ਠੀਕ ਹੈ ਯਾ ਪੈਸੇਜ ਨੰਬਰ ਕਿਹੜੇ ਕਿਹੜੇ ਨੇ ਸੋ ਜੇ ਅਸੀਂ ਇਨਸਟਰਕਸ਼ਨਸ ਨਹੀਂ ਪੜਾਂਗੇ ਇਟ ਮੀਨਸ ਅਸੀਂ ਕਿਤੇ ਨਾ ਕਿਤੇ ਗਲਤੀ ਕਰ ਦੇਵਾਂਗੇ ਓਕੇ ਸੋ ਇਹਦੇ ਤੋਂ ਬਾਅਦ ਆ ਸਭ ਤੋਂ ਜ਼ਰੂਰੀ ਚੀਜ਼ ਆਲਵੇਜ਼ ਰੀਡ ਦ ਸੈਂਟੈਂਸ ਆਫਟਰ ਫਿਲਿੰਗ অর ਚੂਜ਼ਿੰਗ ਦ ਰਾਈਟ ਆਨਸਰ ਫਾਰ ਗ੍ਰਾਮਰ ਚੈੱਕ ਸੋ ਜਦੋਂ ਤੁਸੀਂ ਸਹੀ ਆਨਸਰ ਲੱਭ ਲਿਆ ਤੁਹਾਨੂੰ ਪਤਾ ਹੈ ਮੇਰਾ ਆਨਸਰ ਸਹੀ ਆ ਉਸ ਤੋਂ ਬਾਅਦ ਗੋ ਥਰੂ ਦ ਇੰਟਾਇਰ ਸੈਂਟੈਂਸ ਫਾਰ ਗ੍ਰਾਮਰ ਚੈੱਕ ਸੋ ਗ੍ਰਾਮਰ ਚੈੱਕ ਹੋਣਾ ਬਹੁਤ ਜ਼ਰੂਰੀ ਆ ਸਮ ਟਾਈਮਸ ਯੂ ਫਿਲ ਦ ਰਾਈਟ ਆਨਸਰ ਬਿਕਾਟ ਬਟ ਗ੍ਰੈਮੈਟਿਕਲੀ ਇਟ ਇਟਸ ਨੋਟ ਸਪੋਰਟਿੰਗ ਦਟ ਸੈਂਟੈਂਸ ਸੋ ਉਹ ਗਲਤ ਹੋ ਜਾਂਦਾ ਹੁੰਦਾ ਹੈ ਸੋ ਇਹ ਬਹੁਤ ਨਿਹਾਇਤ ਜ਼ਰੂਰੀ ਹੈ ਕਿ ਆਨਸਰ ਪਰਨ ਤੋਂ ਬਾਅਦ ਤੁਸੀਂ ਗ੍ਰਾਮਰ ਚੈੱਕ ਜ਼ਰੂਰ ਕਰਨਾ ਹੈ ਓਕੇ ਸੋ ਨਾਓ ਲੈਟਸ ਸਟਾਰਟ ਟੁਡੇਜ਼ ਥਿੰਗ ਫਸਟ ਆਫ ਆਲ देयर ਆਰ ਡਿਫਰੈਂਟ ਕੁਐਸਚਨ ਟਾਈਪਸ ਕੁਐਸਚਨ ਟਾਈਪਸ ਕਿਹੜੀਆਂ ਕਿਹੜੀਆਂ ਹੋਣੀਆਂ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਯੂ ਕੈਨ ਡੀਲ ਵੈਲ ਵਿਦ ਦੋਸ ਕੁਐਸਚਨ ਟਾਈਪਸ ਫਸਟ ਵਨ ਇਜ਼ ਮਲਟੀਪਲ ਚੋਇਸ ਸੋ देयर ਊਡ ਬੀ 3 অর 4 ਚੋਇਸਸ ਜਨਰਲੀ ਚਾਰ ਚੋਇਸਸ ਹੁੰਦੀਆਂ ਨੇ ਠੀਕ ਹੈ

डायग्राम इज किसी भी चीज दी डायग्राम हो सकती है इट कैन बी ऑफ मशीनरी इट कैन बी ऑफ अ प्लेस ओके देन फ्लो चार्ट कंप्लीशन यू माइट हैव रेड फ्लो चार्ट्स इन 10थ मैथमेटिक्स ठीक है स्टैटिस्टिक्स दे विच फ्लो चार्ट आंदे है वन बाय वन बाय वन प्रोसेस चलदा ओ दी फिल अप्स आ सकती हैं देन फिल इन द ब्लैंक्स इट्स वेरी इंपॉर्टेंट टाइप जनरली इट ऑफन इट्स वेरी फ्रीक्वेंट इवन दो लिखिया हुई है ओपन एंडेड थे क्लोज्ड एंडेड ਅਸੀਂ ਦੇਖਾਂਗੇ ਓਪਨ ਐਂਡਡ ਤੇ ক্লোਜ਼ ਐਂਡਡ ਕਿਹੜੀਆਂ ਨੇ ਅੱਗੇ ਜਾ ਕੇ ਥੈਨ ਟੇਬਲ ਕੰਪਲੀਸ਼ਨ ਐਨੀ ਟੇਬਲ ਕੈਨ ਬੀ देयर ਔਨ ਦਾ ਬੇਸਿਸ ਆਫ 댓 ਯੂ ਵਿਲ ਸੇਇੰਗ ਚੂਜ਼ ਦਾ ਹੈਡਿੰਗਸ ਸੋ ਦੇਖੋ ਇੱਕ ਪੈਸੇਜ ਦੇ ਵਿੱਚ ਅੱਗੇ ਛੋਟੇ ਛੋਟੇ ਪੈਸੇਜ ਹੁੰਦੇ ਆ ਹਰ ਪੈਸੇਜ ਦਾ ਇੱਕ ਹੈਡਿੰਗ ਹੁੰਦਾ ਯੂ ਵਿਲ ਹੈਵ ਟੂ ਚੂਜ਼ 댓 ਇਵ ਯੂ ਅਸੀਂ ਅੱਗੇ ਜਾ ਕੇ ਕਰਾਂਗੇ ਥੈਨ ਟਰੂ ਫਾਲਸ ਨਾਟ ギਵਨ ਅਨਡਾਊਟੇਡਲੀ ਦਾ ਲਾਸਟ ਵਨ ਇਜ਼ ਦਾ ਟਿੱਕੀਐਸਟ ਵਨ ਬਟ ਇਟਸ ਐਟ ਦਾ ਲੇਟੇਸਟ ਸਟੇਜ ਇਧੀਆਂ ਕੁਝ ਇੱਕ ਟ੍ਰਿਕਸ ਨੇ ਅਸੀਂ ਜੜੀਆਂ On only lectures, they will definitely will have a full lecture on true false. Not given. Okay, so uh, today I have taken the reading passage from our first chapter, that is Hassan's attendance problem. Now the first thing before reading, just have a minor look over the questions. Okay, so these are the questions. The reading passage has six paragraphs, A to F. Which paragraph contains the following information? choose the correct information number for paragraphs a to e from the list below write the correct number 1 to 6 so tusi naal hi samne dekho ki tade kol 6 options ne 1 2 3 4 5 6 so ethe sanu sab ton pehle question assi dekho reading ton pehle questions ik wari dekh le for one second othe sanu e idea lag gaya ki assi kis tarah de questions nu face karan ja rahe ha so first type is choose the headings okay or choose the in right information so asi matching hogi ik tarah di then Next is complete the sentences below, so clearly can see that these are the second type, this is the second type and that is fill-ups or fill-ups is the first instruction that reading tips which never start without reading the instructions. सो इंस्ट्रक्शन क्ली क्लीयर लिखी हुई है चूज नो मोर दैन वन वर्ड फॉर ईच आंसर सो जो तीन किसी भी आंसर लिए टू वर्ड्स यूज करते आउटराइटली दैट क्वेश्चन वुड बी मार्क्ट इनकोरैक्ट सो वह गलत हो जाएगा सो so, किते कि सू वर्ड चॉइस करनी पैंती है राइट सो जो वन वर्ड है विल हैव टू गिव आंसर इन वन वर्ड ओनली नैक्सट इज choose the right word for the following uh, filling the blank from list given below so assi gal kiti si fill ups do tarah de hunde a open ended and closed so itthe tusi this is called closed ended so itthe tusi bound ho ke jehde word given hai tusi ohna de vichon hi word parne hai openly nahi par sakde jassa ke a pichli tusi dekho ede vich koi word for help nahi hai so it's open ended it means tusi jo vi par rahe ho that would be from the passage so रीडिंग स्टार्ट करने तो पहले फर्स्ट चीज की होगी जस्ट गिव अ माइनर लुक फॉर 3 4 सेकंड्स नॉट मोर देन दैट ऑन द टाइप ऑफ द क्वेश्चंस के किस तरह के टाइप ऑफ क्वेश्चंस हैं ओके नाउ वी रीड द पैरा सो इन माय फर्स्ट बैच देयर वाज अ वेरी ब्राइट बॉय कॉल्ड हसन ही वाज टॉल हैंडसम विद अ वेरी गुड मेमोरी ही केम फ्रॉम एन एफ्लेंट फैमिली वेयर ही वाज द ओनली सन नाउ रिलेटिंग टू द टाइप्स ऑफ द क्वेश्चंस सो फर्स्ट टाइप की सीगी फाइंड द हेडिंग्स ਸੋ ਅਸੀਂ ਪਹਿਲਾ ਪੈਰਾ ਇਹ ਪੜਿਆ ਉਸ ਚ ਕੀ ਕਹ ਰਿਹਾ ਇਨ ਮਾਈ ਫਰਸਟ ਬੈਚ देयर वाज ਅ ਬ੍ਰਾਈਟ ਬாய் कॉल्ड हसन ਔਰ ਜਦੋਂ ਵੀ ਬਟੇ ਹੈਡਿੰਗ ਪੈਸੇजेस ਪੜ੍ਹਨੇ ਨੇ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਆਈਦਰ ਹੈਡਿੰਗ ਇਜ਼ ਇਨ ਫਰਸਟ ਲਾਈਨ ਔਰ ਇਟਸ ਇਨ ਦ ਲਾਸਟ ਲਾਈਨ ਥਰਡ ਇਜ਼ ਦਾ ਓਵਰਆਲ ਆਈਡੀਆ ਆਫ ਦਾ ਪੈਸੇਜ ਸੋ ਤਿੰਨਾਂ ਚੀਜ਼ਾਂ ਤੁਹਾਡੀਆਂ ਆਨਸਰ ਦੇਣਗੀਆਂ ਯਾ ਫਰਸਟ ਲਾਈਨ ਕਿਉਂਕਿ ਨਵਾਂ ਆਈਡੀਆ ਫਰਸਟ ਲਾਈਨ ਚਾਂਦਾ ਹੈ ਯਾਂ ਲਾਸਟ ਲਾਈਨ ਚਾਂਦਾ ਹੈ ਔਰ ਇਟ ਇਜ਼ ਦਾ ਕਰਕਸ ਆਫ ਦਾ ਪੈਰਾ ਇਟਸ ਦਾ ਓਵਰਆਲ ਆਈਡੀਆ ਆਫ ਅ ਪੈਰਾ ਹੁਣ ਅਸੀਂ ਜੇ ਫਰਸਟ ਪੈਰਾ ਦੇਖੀਏ ਇਨ ਮਾਈ ਫਰਸਟ ਬੈਚ देयर ਵਾਸ ਅ ਬ੍ਰਾਈਟ ਬாய் ਕਾਲਡ ਹਸਨ ਸੋ ਹਸਨ ਬਾਰੇ ਗੱਲ ਹੋ ਰਹੀ ਜਿਹੜਾ ਕਿ ਬਹੁਤ ਬ੍ਰਾਈਟ ਸੀ ਇੰਟੈਲੀਜੈਂਸੀ ਹੀ ਵਾਸ ਟਾਲ ਹੈਂਡਸਮ ਵਿਦ ਅ ਵੈਰੀ ਗੁੱਡ ਮੈਮਰੀ ਹੀ ਕੇਮ ਫਰਮ ਐਨ ਐਫਲੂਐਂਟ ਫੈਮਿਲੀ ਵੇਅਰ ਹੀ ਵਾਸ ਦ ਓਨਲੀ ਸਨ ਸੋ ਦੀ ਫੈਮਿਲੀ ਬੈਕਗਰਾਉਂਡ ਬਾਰੇ ਦੱਸਿਆ ਕਿ ਉਹ ਟਾਲ ਸੀ ਹੈਂਡਸਮ ਸੀ ਸੋ ਜੇ ਅਸੀਂ ਇਹ ਦੇਖੀਏ ਕਿ ਇਟਸ ਅ ਫਰਸਟ ਪੈਰਾ A ਸੋ ਪੈਰਾਗ੍ਰਾਫ so, si si. A ਦੀ ਅਸੀਂ ਦੇਖੀਏ ਕਿਹੜੀ ਆ ਫਰਸਟ ਆਪਸ਼ਨ ਇਜ਼ ਫਾਲਸ ਪ੍ਰੋਮਿਸਸਸ ਸੈਕੰਡ ਇਜ਼ ਐਬਸੈਂਟਿਜ਼ਮ third is personal information fourth about discipline fifth reason for preferring a class sixth soft-heartedness so now remind the things that you have read that he is tall he is handsome he comes from an affluent family he is bright student so a sariyaki the characteristics Okay. so it is a sort of information about hassan ਸੋ ਤੁਸੀਂ ਦੇਖੋ ਜਰਾ ਹੁਣ ਇਹਨਾਂ 6 ਦੇ ਵਿੱਚੋਂ ਕਿਹੜੀ ਸਾਨੂੰ ਮੋਸਟ ਐਪਰੋਪ੍ਰੀਏਟ ਲੱਗ ਰਹੀ ਹੈ ਸਭ ਤੋਂ ਨਜ਼ਦੀਕ ਕਿਹੜੀ ਹੈ ਯੈਸ ਦੈਟਸ ਦ ਥਰਡ ਵਨ ਗੁੱਡ ਵੈਰੀ ਗੁੱਡ ਪਰਸਨਲ ਇਨਫੋਰਮੇਸ਼ਨ ਸੋ ਇਹ ਸਾਰੀ ਪਰਸਨਲ ਇਨਫੋਰਮੇਸ਼ਨ ਹੈ ਜਿਹੜੀ ਕਿ ਹਸਨ ਦੇ ਬਾਰੇ ਦਿੱਤੀ ਹੋਈ ਹੈ ਓਕੇ ਸੋ ਇਟਸ ਨਾਟ ਕਨਫਿਊਜ਼ਿੰਗ ਅਸੀਂ ਕਨਫਿਊਜ਼ਿੰਗ ਵੀ ਫੇਸ ਕਰਾਂਗੇ ਕਿਹਣਾ ਹੋ ਸਕਦਾ ਬਟ ਦੈਟਸ ਵੈਰੀ ਕਲੀਅਰ ਕਿ ਉਹਦੀ ਪਰਸਨਲ ਇਨਫੋਰਮੇਸ਼ਨ ਦਿੱਤੀ ਗਈ ਹੈ ਓਕੇ ਦ ਨੈਕਸਟ ਵਨ ਇਜ਼ ਪੈਰਾਗ੍ਰਾਫ ਬੀ ਚਲੋ ਹੁਣ ਪੈਰਾਗ੍ਰਾਫ ਬੀ ਪੜ੍ਹ ਕੇ ਦੇਖੀਏ Initially, I didn't come to know of his existence at all, mainly because he was hardly ever present. I normally take the first class of the day, which is scheduled at 9 a.m. or one after that at 10 a.m. I prefer this time as this is when students are fresh and very attentive. So hai teacher himself he is giving the th this thing I didn't He was hardly ever present. देखो हार्डली इट्स अ वेरी ट्रिकी वर्ड जी असी वर्क हार्ड कह दिए य मतलब वो सख्त मेहनती है ही इज़ अ हार्ड वर्कर ही वर्कस हार्ड ये सख्त मेहनती है बट जे असी हार्डली वर्ड तो पहले लगा दिए ही हार्डली वर्कस यद मतलब उन्हें कभी कम नहीं किया है सो so, हार्डली और हार्ड वर्ड बहुत ट्रिकी वर्ड्स ने इन्होंने बड़े ध्यान ना यूज़ करना सो आई हार्डली वर्क का मतलब मैं कभी कम किया है आई वर्क हार्ड मीनस मैं बहुत मेहनती हूँ ਸੋ ਹਾਰਡਲੀ ਵਰਡ ਐਵੇਂ ਨਹੀਂ ਜਾਣਦੇ ਨਾ ਓਕੇ ਨੈਕਸਟ ਹੀ ਸੇਇੰਗ ਕਿ ਮੈਂ ਨਾਰਮਲੀ ਕਲਾਸ 9 ਵਜੇ ਲੈਂਦੀ ਸੀ ਜਾਂ 10 ਵਜੇ ਲੈਂਦੀ ਸੀ ਕਿਉਂ ਕਿਉਂਕਿ ਸਟੂਡੈਂਟਸ ਜਿਹੜੇ ਉਸ ਵੇਲੇ ਫਰੈਸ਼ ਐਂਡ ਅਟੈਕਟਿਵ ਹੁੰਦੇ ਸੀ ਨਾਓ ਦਿਸ ਇਜ਼ ਗਿਵਿੰਗ ਦ ਰੀਜ਼ਨ ਰੀਜ਼ਨ ਕਿਸ ਚੀਜ਼ ਦਾ ਕਿ ਵਾਈ ਆਈ ਚੋਜ਼ ਦੈਟ ਟਾਈਮ ਆਫ ਦ ਕਲਾਸ ਯੈਸ ਨੋ ਡਾਊਟ ਜਿਹੜਾ ਫਰਸਟ ਸੈਂਟੈਂਸ ਹੈ ਉਹ ਹਸਨ ਬਾਰੇ ਹੈ ਬਟ ਦਾ ਐਂਟਾਇਰ ਪੈਰਾ ਇਜ਼ ਕਵਰਿੰਗ ਦਿਸ ਡੀਟੇਲ ਕਿਉਂ ਕਲਾਸਿਸ 9 ਜਾਂ 10 ਵਜੇ ਕਿਉਂ ਲੈਂਦੇ ਸੀਗੇ ਕਿਉਂਕਿ ਉਸ ਲਈ ਸਟੂਡੈਂਟ ਫਰੈਸ਼ ਜਾਂ ਵੈਰੀ ਅਟੈਂਟਿਵ ਹੁੰਦੇ ਸੀ ਨਾ ਲੁੱਕ ਐਟ ਦਾ ਆਪਸ਼ਨਸ ਫਸਟ ਇਜ਼ ਫਾਲਸ ਪ੍ਰੋਮਿਸਸ ਕੋਈ ਪ੍ਰੋਮਿਸ ਹੋਇਆ ਇਹਦੇ ਵਿੱਚ ਨੋ ਐਬਸੈਂਟਿਜ਼ਮ ਸੋ ਇਟਸ ਨਾਟ ਥੇਅਰ ਪਰਸਨਲ ਇਨਫੋਰਮੇਸ਼ਨ ਸਟ ਆਪਸ਼ਨ ਹੋ ਚੁੱਕਾ ਹੈ ਅਬਾਊਟ ਡਿਸਪਲਿਨ ਹੀ ਹੈਜ਼ ਨਾਟ ਟਾਕਡ ਅਬਾਊਟ ਡਿਸਪਲਿਨ ਰੀਜ਼ਨਸ ਫਾਰ ਪ੍ਰੇਫਰਿੰਗ ਅ ਕਲਾਸ ਐਂਡ ਦਾ ਲਾਸਟ ਇਜ਼ ਸੌਫਟ ਹਾਰਟਡਨੈਸ ਸੋ ਸੌਫਟ ਹਾਰਟਡਨੈਸ ਦੀ ਕੋਈ ਗੱਲ ਨਹੀਂ ਹੋਈ ਸੌਫਟ ਹਾਰ ਮੀਨਸ ਬੜਾ ਨਰਮ ਜਿਹਾ ਦਿਲ ਹੈ ਕਿਸੇ ਦੇ ਦੁੱਖ ਦੇ ਵਿੱਚ ਜਲਦੀ ਦੁਖੀ ਹੋ ਜਾਂਦਾ ਸੁਖ ਚ ਸੁਖੀ ਹੋ ਜਾਂਦਾ ਸੋ ਦ ਫਿਫਥ ਆਪਸ਼ਨ ਇਜ਼ ਰਿਲੇਵੈਂਟ ਰੀਜ਼ਨ ਫॉर ਪ੍ਰਿਫਰਿੰਗ ਅ ਕਲਾਸ ਸੋ ਕਲਾਸ ਟਾਈਮਿੰਗ ਦਿੱਤੀਆਂ ਹੋਈਆਂ ਨੇ ਇਟਸ 9 ਐਂਡ 10 ਐਂਡ ਸ਼ੀ ਹੈਜ਼ ギਵਨ ਦ ਰੀਜ਼ਨਸ ਵਾਈ ਪ੍ਰਿਫਰਡ ਦੋਜ਼ ਟਾਈਮਿੰਗਸ ਓਕੇ ਸੋ ਦ ਰਾਈਟ ਆਪਸ਼ਨ ਫॉर ਦਿਸ ਵੁੱਡ ਬੀ ਫਿਫਥ ਇਹ ਨੋਟ ਕਰੀ ਜਾਣਾ ਤੁਸੀਂ ਆਪਣੀ ਨੋਟਬੁੱਕ ਤੇ ਜਿਹੜਾ ਅਸੀਂ ਕਰ ਰਹੇ ਆਂ ਦੈਟ ਸੈਕੰਡ ਆਨਸਰ ਇਟ ਹੈਜ਼ ਫਿਫਥ ਰਾਈਟ ਨੈਕਸਟ ਇਜ਼ ਪੈਰਾਗ੍ਰਾਫ ਸੀ ಲೆਟਸ ਗੋ ਥਰੂ ਪੈਰਾਗ੍ਰਾਫ ਸੀ ਨਾਓ ਇਟਸ ਅ ਹਿਊਜ ਪੈਰਾਗ੍ਰਾਫ ਤੁਸੀਂ ਮੇਰੇ ਨਾਲ ਨਾਲ ਪੜ੍ਹਨਾ ਹੈ ਤਾਂ ਕਿ ਤੁਹਾਨੂੰ ਵੀ ਇਹ ਕਲੀਅਰ ਹੋ ਜਾਏ ਐਜ਼ ਹੀ ਵਾਸ ਬ੍ਰਾਈਟ ਸੋ ਪਹਿਲੇ ਤੇ ਦੇਖੋ ਹੀ ਸਟਾਰਟ ਹੀ ਹੈ ਹੀ ਕਿਹੜੀ ਕੈਟੇਗਰੀ ਆਂਦੀ ਹੈ ਹੀ ਇਜ਼ ਅ ਪ੍ਰੋਨਾਉਨ ਔਰ ਹੁਣ ਤੱਕ ਪ੍ਰੋਨਾਉਨ ਕਿੱਥੇ ਯੂਜ਼ ਹੁੰਨੇ ਆ ਸੀ ਪ੍ਰੋਨਾਉਨ ਇਟ ਇਜ਼ ਯੂਜ਼ਡ ਇਨ ਪਲੇਸ ਆਫ ਨਾਉਨ ਸੋ ਇਥੇ ਹੀ ਕਿਦੇ ਲਈ ਯੂਜ਼ ਹੋ ਰਿਹਾ ਥੈਟਸ ਫਾਰ ਹਸਨ ਕਿਉਂਕਿ ਐਨਟਾਇਰ ਪੈਸੇਜ ਇਸ ਫਾਰ ਹਸਨ ਐਜ਼ ਹੀ ਵਾਸ ਵੈਰੀ ਬ੍ਰਾਈਟ Hassan would invariably get a first class in the exam. However, before the exam started, every semester this drama with Hassan would be repeated. So the drama repeat Hunda Sigam. I would get upset, threatened and ultimately given. Given the Matam Java De Dinah, Hathyar Chardhina, each time Hassan would promise to improve his attendance record and for one week would attend all classes. Then the same old story would follow. ਸੋ ਹਰ ਹਫਤੇ ਉਹ ਕਲਾਸਿਸ ਮੈਂ ਲਗਾਵਾਗਾ ਜੀ ਲਗਾਵਾਗਾ ਜੀ ਬਟ ਪਹਿਲੇ ਹਫਤੇ ਆਂਦਾ ਸੀ ਫਿਰ ਨਹੀਂ ਸੀ ਆਂਦਾ ਇਸ ਟਾਈਮ ਹੀ ਹੈਡ ਅ ਡਿਫਰੈਂਟ ਰੀਜ਼ਨ ਫਾਰ ਹਿਸ ਐਬਸੈਂਸਸ ਅਨਫੋਰਚਨਟਲੀ ਦੇ ਸੀਮ ਜੈਨੂਇਨ ਟੂ ਮੀ ਸੋ ਹਰ ਵਾਰੀ ਇੱਕ ਨਵੇਂ ਬਹਾਨੇ ਲਾਂਦਾ ਸੀ ਔਰ ਹਰ ਵਾਰੀ ਮੈਨੂੰ ਉਹ ਮੰਨਣਾ ਪੈਂਦਾ ਸੀ ਸੋ ਹੁਣ ਓਵਰਆਲ ਪੈਸੇਜ ਵੀ ਦੇਖੋ ਦ ਫਰਸਟ ਲਾਈਨ ਇਜ਼ ਟਾਕਿੰਗ ਅਬਾਊਟ ਹਸਲ ਬ੍ਰਾਈਟ ਸੀ ਫਰਸਟ ਐਗਜ਼ਾਮ ਦਾ ਸੀ ਐਗਜ਼ਾਮ ਸੋ ਸਾਡੇ ਕੋਲ ਕੋਈ ਨਵੀਂ ਇਨਫੋਰਮੇਸ਼ਨ ਨਹੀਂ ਆਈ ਇਹ ਇਨਫੋਰਮੇਸ਼ਨ ਸਾਨੂੰ ਫਰਸਟ ਪੈਰਾਗ੍ਰਾਫਸ ਵਿੱਚ ਮਿਲ ਚੁੱਕੀ ਆ last lines dekhiye each time hi hai different reasons for her absence so absenteeism de har vari ek naye reasons hunde si third har vari oh drama chalda hunda si now we have the options let's decide the options false promises absenteeism personal information about discipline reason for preferring class soft heartedness hun pehle tusi dekho ke keda option aana chahida hai सॉफ्ट हार्टडनेस नहीं हो सकता पर्सनल इंफॉर्मेशन असं फिल कर दता रीजन फॉर प्रेफरिंग क्लास फिल कर दता सो so बचे साढ़े को तीन फर्स्ट सैकेंड एंड फोर्थ फॉल्स प्रोमिसिज एबसेंटिजम एंड अबाउट डिसिप्लिन नाउ यू डिसाइड विच इज द राइट वन सो ए एबसेंटिजम है कि फॉल्स प्रोमिसिज है अबाउट डिसिप्लिन है किस चीज़ बारे है यस yes, शाबाश एक वो दोबारा पैरा देखिए

if we go with this thing as he was very bright hasan would invariably got a first class in the exam so ede vich je kithay absenteeism word use hoya hunda aur bachche sare parne onu support kinda hunda absenteeism then it would have been in this way okay next is para d Once in a while, Hassan would turn up, particularly if there was a class test or during examination. class test I met him more often for attendance shortest meetings. He would beg for attendance in such a manner that it was very difficult for me to say no. Sometimes I would get upset and tell him, No, I can't give you attendance, there should be discipline. So, it's all about the discipline and thing. So, last line is giving the indication, He used never to come, but it is about discipline, the about discipline in the class. So, the option is uh, definitely it is fourth, about discipline. Now, we have left with two options, false, pro uh, that absentism and soft heartedness. And last para is, I could not remain angry for long because the question is F para. Why I am reading F? Paragraph F. E para the question nahi hai, right so i could not remain angry for long. teachers do get upset with students who are not regular. but if attendance shortage affects their appearance in the final exams, one tends to melt like snow against the sun. a good teacher will always wish for the best for her students. though i do agree, discipline is important too. so karda de to so it's about soft-heartedness. soft number, so now if we go with this thing, so, paragraph A, it is third, personal information. Paragraph B, reason for preferring a class. C, false promises. D, absentism. Paragraph F, soft-heartedness. Good. Next is complete the sentence below. Now, it is the second type, that is Phillips. fill-ups. Hassan was rarely dash in the class. If we go with the first para, we will have to find first of all the thing, Hassan was rarely dash in the class. Hassan ki hundasi class devich. Now, if we go with this para, Ah, uh, find the word which is rarely yes because he was hardly ever present, so hardly the rarely e, ek Be para second sentence because he was hardly ever present. he was rarely present rarely te hardly these are synonyms, so that's why the answer is present, okay So he was rarely present in the class. Next is he would arrive only if there was the idea now you have given one word after that or exam. So this is giving you a hint. word hoya exam second word we'll have to find. So if we go with this thing, D para first sentence, once in a while Hassan would turn up, particularly if there was a class test or during exams. So exam then all second word keda class test. So class test or exam okay next is to dash is dash ye sab to simple hunde hai jithe do fill ups ikatthe ditte hon to dash and dash it means to dash is dash so do examples ikathiyan hai means it's natural for humans to make mistakes so definitely it's an idiom which he use e para the last second last line can you not pardon me this time to err is human to forgive is divine So two r r kitho galti human so two dash is dash the question is so answer is two r is human okay last is his reasons for his absences seemed to the teacher okay dekho last ma his reasons for his absences seemed genuine to the teacher or the reason kia tenth dekhe dekho second sentence each time he had a different reason for his absences unfortunately they seemed genuine to me. Hun there is a pronoun. Uh, use hoya? It refers to the reasons de jada word. Okay, so each time he had a different reason for his absences. So the answer is genuine. Okay. Now the last type, which is there, is I have just framed this for you. Choose the right word for filling the blanks from list given below. So this tadiko already char ne affluent, improve, wealthy, improvement. Hassan's come from a dash family. ਸੋ ਹੁਣ ਦੇਖੋ ਤੁਸੀਂ ਫਰਸਟ ਲਾਈਨ ਸਾਨੂੰ ਕੀ ਦੱਸ ਰਹੀ ਸੀਗੀ ਪੈਰਾਗ੍ਰਾਫ ਦੀ ਧਿਆਨ ਨਾਲ ਪੜੋ ਇਹ ਪੈਰਾ ਥਰਡ ਲਾਈਨ ਹੀ ਵਾਸ ਟੋਲ ਹੈਂਡਸਮ ਵਿਦ ਅ ਵੈਰੀ ਗੁੱਡ ਮੈਮਰੀ ਹੀ ਕੇਮ ਫਰੋਮ ਐਨ ਐਫਲੂਐਂਟ ਫੈਮਿਲੀ ਹੁਣ ਇਹਦੇ ਵਿੱਚ ਦੋ ਚੀਜ਼ਾਂ ਦਾ ਧਿਆਨ ਦੇਣਾ ਹੈ ਹੀ ਕੇਮ ਫਰੋਮ ਐਨ ਐਫਲੂਐਂਟ ਫੈਮਿਲੀ ਬਟ ਸਾਡੀ ਫਿਲ ਅਪ ਕੀ ਹੈ ਦੇਖੋ ਹਸਨ ਕਮਸ ਫਰੋਮ ਅ ਡੈਸ਼ ਫੈਮਿਲੀ ਅਨਡਾਊਟਡਲੀ ਉਥੇ ਵਰਡ ਐਫਲੂਐਂਟ ਹੈ ਠੀਕ ਹੈ ਬਟ ਜੇ ਤੁਸੀਂ ਐਫਲੂਐਂਟ ਭਰ ਦੋਗੇ ਤੇ ਇਹ ਤੁਹਾਡਾ ਗਲਤ ਆਨਸਰ ਹੋਏਗਾ ਹਸਨ ਕਮ ਫਰਮ ਅ ਐਫਲੂਐਂਟ ਫੈਮਿਲੀ ਨਹੀਂ ਹੋ ਸਕਦਾ ਬਿਕਾਜ਼ ਐਫਲੂਐਂਟ ਵਰਡ ਇਟ ਗਿਵਸ ਅ ਵੋਵਲ ਸਾਊਂਡ ਔਰ ਉਥੇ ਕੀ ਹੈ ਇਟਸ ਅ ਓਕੇ ਹੁਣ ਸਾਨੂੰ ਐਫਲੂਐਂਟ ਦਾ ਕੋਈ ਹੋਰ ਵਰਡ ਲੱਭਣਾ ਪਏਗਾ ਇਹਨਾਂ ਦੇ ਵਿੱਚੋਂ ਦੇਖੀ ਆਪਾਂ ਐਫਲੂਐਂਟ ਦਾ ਹੋਰ ਵਰਡ ਕਿਹੜਾ ਐਫਲੂਐਂਟ ਇੰਪਰੂਵ ਵੈਲਦੀ ਇੰਪਰੂਵਮੈਂਟ ਰਾਈਟ ਸੋ ਐਫਲੂਐਂਟ ਦਾ ਮਤਲਬ ਵੈਰੀ ਰਿਚ ਵੈਰੀ ਰਿਚ हूँ वेरी रिच का होर वर्ड है इतने इट्स वेल्दी ओके हम अपने को वर्ड नहीं यूज कर सकते क्योंकि लिस्ट दे वर्ड है तुम रिच नहीं लिख सकते सो यू आर बाउंड विद द वर्ड वेल्दी सो हसन कम्स फ्रॉम अ वेल्दी फैमिली, हूँ ग्रामैटिकली भी ठीक है सेंस वाइज भी ठीक है जो तुम एफ भर देंगे उन्हें देख के दैन इट्स इनकोरैक्ट देखो सो हसन कम्स फ्रॉम अ वेल्दी फैमिली ओके next is each time hasan would promise for n dash in his attendance record har wari hasan jada promise karda sega ki attendance record de vich ki hovega pehle asi para dekhiye just go okay dekho c para fourth line get upset threaten and ultimately given mil gayi shabash hun ki keh raha hai each time hasan would promise to improve हर वाल करूविजेंस रैकट हूँ जो अच्छा आईए वापिस देखो ट्वेल्थ ईच टाइम हसन वुड प्रोमिस फॉर एन डैश उूव अनडाउटली इम्प्रूव वर्ड है बट जे मैं इतना लिख देना ईच टाइम हसन वुड प्रोमिस फॉर एन इम्प्रूव in his attendance record again jada sentence hai tada wo grammatically galat ho janda hai theek hai so assi grammatically check hamesha karna hai galat nahi hona ede vich okay so ede vich assi ki karange will have to change the word improve that is improvement each time hasan would promise for an improvement in his attendance record so this is the thing how grammar plays with you people So, if you won't take care about the grammar, so ho sakda ke tusi bilkul sahi likhde likhde galat comes from an affluent family hi a sakda, a affluent family nahi a If a is there, then you will have to change the word welding In the same, similar way, if each time Hasan would promise for an improvement in his attendance record. So, ਇਟਸ ਦਾ ਆਨਸਰ ਫॉर यू ਚੂਸ ਦਾ ਰਾਈਟ ਵਰਡ ਫॉर ਫਿਲ ਇਨ ਦਾ ਬਲੈਂਕਸ ਫਰਮ ਲਿਸਟ ਗਿਵਨ ਬਿਲੋ ਅਫਲੂਐਂਟ ਇੰਪਰੂਵ ਵੈਲਦੀ ਇੰਪਰੂਵਮੈਂਟ ਔਰ ਰਾਈਟ ਸਾਈਡ ਤੇ ਦੇਖੋ ਉਹਨਾਂ ਦੇ ਆਨਸਰਸ ਨੇ ਹਸਨ ਕਮਸ ਫਰਮ ਅ ਵੈਲਦੀ ਫੈਮਿਲੀ ਈਚ ਟਾਈਮ ਹਸਨ ਊਡ ਪ੍ਰੋਮਿਸ ਫॉर ਐਨ ਇੰਪਰੂਵਮੈਂਟ ਇਨ ਹਿਸ اٹੈਂਡੈਂਸ ਰੈਕਡ ਓਕੇ ਹੁਣ ਅਸੀਂ ਜੇ ਇਹ ਚੀਜ਼ ਦੀ ਗੱਲ ਕਰੀਏ ਤੇ ਅਸੀਂ ਵਾਪਸ ਜੇ ਇਨਸਟਰਕਸ਼ਨਸ ਤੇ ਜਾਈਏ ਓਕੇ ਤੇ ਸਾਨੂੰ ਇਹ ਚੀਜ਼ ਕਲੀਅਰ ਹੋ ਜਾਏਗੀ ਜਿਹੜੀਆਂ ਸਾਡੀਆਂ ਇਨਸਟਰਕਸ਼ਨਸ ਸੀਗੀਆਂ that articles a and the before a blank dekho dusri instruction hain. articles a and the before a blank and prepositions after a blank they are really helpful in getting right answer so je tu si inada dhyan nahi rakho ge definitely the answer may be wrong jaisa an affluent or a wealthy person okay second sab ton bahut zaruri cheez main bar bar ehi cheez keh reha first thing instructions pade bina kabhi answer nahi dena hai ओके सो ਜਿੱਦੋਂ ਵੀ ਇਨਸਟਰਕਸ਼ਨਸ ਹਨ ਇਹ 1 ਵਰਡ 2 ਵਰਡ 3 ਵਰਡ ਆਨਸਰ ਜੇ ਤੁਸੀਂ ਗਲਤ ਲਿਖ ਦਿੰਦੇ ਹੋ ਦੈਨ ਇਟ ਕੈਨ ਨਾਟ ਬੀ ਐਕਸੈਪਟਡ ਇਟਸ ਨਾਟ ਐਕਸੈਪਟੇਬਲ ओके ਜੇ ਅਸੀਂ ਫਿਲ ਅਪਸ ਦੀ ਗੱਲ ਕਰੀਏ ਜਿਹਦੇ ਵਿੱਚ ਸਾਡੇ ਕੋਲ ਇਹ ਦੇਖੋ ਇਹਦੇ ਚ ਆਪਸ਼ਨ ਸੀ ਮੈਂ ਆ ਸੈਕਿੰਡ ਕੁਐਸਚਨ ਦੇਖੋ ਸੈਵਨਥ 6 ਤੋਂ ਬਾਅਦ ਸੈਵਨਥ ਹੀ ਵੁੱਡ ਅਰਾਈਵ ਓਨਲੀ ਇਫ देयर ਵਾਸ ਅ ਕਲਾਸ ਟੈਸਟ ਠੀਕ ਹੈ ਹੁਣ ਜੇ ਅਸੀਂ ਇਹਦੀ ਸੈਵਨਥ ਦੀ ਫਿਲ ਅਪ ਦੇ ਵਿੱਚ ਕਲਾਸ ਟੈਸਟ ਭਰ ਦਿੰਦੇ ਹਾਂ ਤੇ ਕਲਾਸ ਟੈਸਟ ਕਿੰਨੇ ਵਰਡਸ ਬਣ ਗਏ ਦੋ ਫਰਸਟ ਇਜ਼ ਕਲਾਸ ਸੈਕਿੰਡ ਇਜ਼ ਟੈਸਟ ਬਟ ਸਾਡੇ ਕੋਲ ਇਨਸਟਰਕਸ਼ਨ ਕੀ ਹੈ ਚੂਜ਼ ਨੋ ਮੋਰ ਦੈਨ 1 ਵਰਡ ਸੋ ਸਾਨੂੰ ਇੱਕ ਵਰਡ ਹੀ ਚੁਣਨਾ ਪੈਣਾ ਹੁਣ ਦੈਟ ਵਰਡ ਰਿਕਵਾਇਰਸ Wisdom ਹੁਣ ਉੱਥੇ ਤੁਹਾਡਾ ਆਪਣਾ ਦਿਮਾਗ ਕੰਮ ਕਰਨਾ ਹੈ ਕਿ ਕਿਹੜਾ ਵਰਡ ਜ਼ਿਆਦਾ ਐਪਰੋਪ੍ਰੀਏਟ ਹੈ ਕੀ ਮੈਂ ਕਲਾਸ ਪਰ ਅਕਲਾ ਵਰਡ ਕਿ ਕੀ ਮੈਂ ਟੈਸਟ ਪਰ ਅਕਲਾ ਵਰਡ ਸੋ ਹੁਣ ਆਪਾਂ ਦੇਖੀਏ ਭਰ ਕੇ ਜਰਾ ਕਿ ਜੇ ਮੈਂ ਸਿਰਫ ਇਹ ਭਰਦਾ ਹੀ ਵਿਲ ਅਰਾਈਵ ਓਨਲੀ ਇਫ ਥੇਰ ਵਾਸ ਅ ਕਲਾਸ ਔਰ ਐਗਜ਼ਾਮ ਸੋ ਕਲਾਸ ਤੇ ਰੋਜ਼ ਹੀ ਹੁੰਦੀ ਸੀਗੀ बट वो क्लासते आंद नहीं सो इट मीनस कि साढ़ा क्लास वर्ड ज दैट वुड नॉट बी एक्सैप्टेबल एक्सैप्टेबल वर्ड होएगा दैट वुड बी टेस्ट सो विद द इंस्ट्रक्शन यू विल हैव टू फाइंड समथिंग ठीक है जिस तरह जो मैं कहना कि टीचर्स टीच इन द क्लास और मैं कह रहा लोकल टीचर्स सिक्सटी लोकल टीचर्स नंबर ऑफ लोकल टीचर्स बट माई मेन वर्ड पंच वर्ड इज टीचर Similar is the case, so this is called noun phrase. Noun phrase which end the word that is the most important word. So to see class test the which word definitely you will have to go for test, not class, because it changes the sense. Okay. So uh, this was a bit information about reading. Definitely in your textbooks you have reading exercises also, but reading the which as according to the type of the questions. So you have to see WH questions, bilkul clear ke who da matlab ki hai, whom the matlab kiya, how, where, which, when, because these give you the sense how to represent or how to present your answer. Until and unless you won't master those words, all WH words, then it's I don't think so that you would be able to give the answers. Right. So secondly, improve your reading. do more readings read more tadian textbook se hai hi hai ne tade kol go to library find any book that is in english so is to improve english languages sa sariyan achiyan but here we are targeting about english so find other books short story books you have in your libraries padho aur jinni vocabulary increase kar sakde ho that will give you the synonyms just na ke affluent te wealthy da sega so je assi wealthy nahi padeya affluent nahi padeya it means a reading chakat

try to tell that story so that will help you in speech also in reading also okay so until our next lecture uh, till then goodbye and read more thank you